ਭਾਰਤ ਪਾਕਿਸਤਾਨ ਸਰਹੱਦ ਤੇ ਫਾਜ਼ਿਲਕਾ LOC ਦੇ ਕਰੀਬ 3 ਕਿਲੋਮੀਟਰ ਦੇ ਘੇਰੇ ਦੇ ਅੰਦਰ ਪਾਕਿਸਤਾਨੀ ਸਿੰਮ ਚੱਲਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ, ਜਿਸ ਦੇ ਚੱਲਦਿਆਂ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ। ਦੇਖੋ, BSF ਤੇ ਆਰਮੀ ਅਥਾਰਟੀ ਤੇ ਪੰਜਾਬ ਪੁਲਿਸ ਫਾਜ਼ਿਲਕਾ ਵੱਲੋਂ ਇਨਪੁਟ ਸਾਨੂੰ ਆਏ ਸੀ ਕਿ ਬਾਰਡਰ ਦੇ ਨਾਲ ਨਾਲ ਜੋ ਇੰਡੋ ਪਾਕ ਬਾਰਡਰ ਹੈ ਸਾਡਾ, ਤਕਰੀਬਨ ਇਹ 55 ਕਿਲੋਮੀਟਰ ਡਿਸਟ੍ਰਿਕਟ ਦੇ ਨਾਲ ਸਾਡਾ ਇਹ ਲੰਘਦਾ ਹੈ, ਇਹਦੇ 'ਚ ਕੁਛ ਮੂਵਮੈਂਟ ਇਹਨਾਂ ਏਜੰਸੀਜ਼ ਦੇ ਧਿਆਨ ਦੇ ਵਿੱਚ ਆਈਆਂ ਸੀਗੀਆਂ। ਸੋ ਉਹਨਾਂ ਨੇ ਫਿਰ ਸਾਨੂੰ ਕਿਹਾ ਸੀ ਕਿ ਇਸ ਏਰੀਏ ਦੇ ਵਿੱਚ 3 ਕਿਲੋਮੀਟਰ ਦੇ ਘੱਟੋ ਘੱਟ ਜੋ ਫੈਂਸਿੰਗ ਤੋਂ 3 ਕਿਲੋਮੀਟਰ ਆ ਬਾਰਡਰ ਤੋਂ, ਉਹਦੇ 'ਚ ਇਹਦੀ ਜਿਹੜੀ ਵਰਤੋਂ ਹੈ ਬਿਲਕੁਲ ਸਟ੍ਰਿਕਟਲੀ ਬੰਦ ਕੀਤੀ ਜਾਵੇ, ਅਤੇ ਉਹ ਫਿਰ ਅਸੀਂ ਜੇਰਧਾਰਾ 144 CRPC ਦੇ ਤਹਿਤ ਬੰਦ ਕੀਤੀ ਹੈ। ਇੱਕ ਸਰ, ਅਗਰ ਗੱਲ ਕੀਤੀ ਜਾਵੇ ਕੁਛ ਇਹ ਸਾਹਮਣੇ ਆਇਆ ਵੀ ਕਿੰਨੇ ਕੁ ਸਿੰਮ ਜਿਹੜੇ ਨੇ ਉਹ ਚੱਲ ਰਹੇ ਸੀ, ਜਿਸ ਤਰ੍ਹਾਂ ਦੀ ਕੁਛ ਇੱਦਾਂ, ਕਿਉਂਕਿ ਕੋਈ ਇਹੋ ਜਿਹੀ ਕੁਆਂਟਿਟੀ ਨਹੀਂ ਪਤਾ ਲੱਗਦੀ, ਮੂਵਮੈਂਟ ਜਦੋਂ ਇਹ ਡਾਟਾਬੇਸ ਲੈਂਦੇ ਆ, ਡੰਪ ਤੋਂ ਚੱਕਦੇ ਆ, ਜੋ ਅਥਾਰਟੀ ਦੇ ਖੁਫੀਆ ਏਜੰਸੀ ਜਦੋਂ ਕੋਈ ਡਾਟਾ ਐਨਾਲਾਈਜ਼ ਕਰਦੀ ਹੈ, ਉਦੋਂ ਇਹਨਾਂ ਦੇ ਨੋਟਿਸ ਦੇ ਵਿੱਚ ਆਉਂਦਾ, ਕਿਉਂਕਿ ਗਿਣਤੀ ਮਿਣਤੀ ਇੱਦਾਂ ਨਹੀਂ ਆ ਸਕਦੀ ਹੁੰਦੀ। ਜ਼ਿਕਰਯੋਗ ਹੈ ਕਿ ਫਾਜ਼ਿਲਕਾ 'ਚ ਪਹਿਲਾਂ ਵੀ ਸਰਹੱਦ 'ਤੇ ਪਾਕਿਸਤਾਨੀ ਡਰੋਨ ਦੇਖੇ ਗਏ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਪੂਰੀ ਮੁਸਤੈਦੀ ਦਿਖਾਈ ਗਈ। ਫਾਜ਼ਿਲਕਾ ਤੋਂ ਰਣਜੀਤ ਸਿੰਘ, ਦੈਨਿਕ ਸਵੇਰਾ TV। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ, ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ, ਸਾਨੂੰ ਇਸ ਨੰਬਰ 'ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਣਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।